सवेर दा दुकान खोल के बैठा है, एक गाहक नहीं आया। 11 बज गए आ, महंगाई आ, पता नहीं लगना। काम बदल भी कोई नहीं सकते, काम आउंदा भी कोई नहीं हैगा। चलो कोई बंदा काम ही बदल दिंदा आ, काम नहीं आउंदा कोई ना, बिल निकलदा आ। अच्छा अल्लाह सुनिया, तू ही वारस आ। चाह मंगा लैने, पी लैने चाह एक अद्धी। की नंबर आ मलंगी दा? 0 386 22। हेलो, सलाम अलैकुम। हाँ अमलन जी, की हाल आ? राजा बोल रहा आया हमाम वाला। हाँ चाह भेजी यार, एक चाह भेजी, मिठा घट रखी, पत्ती जरा तेज पा दी। इन्नी भी ना तेज पावी, मैं पत्ती नालों पहला निकल जावगा। हाँ लाया, जल्दी लाया लाया। राजा अगे पुछीदा हुंदा की गल आ, क्यों परेशान आ? भाई तू आप ही क्या, कुछ ना पुछ तो मैं हुण तैनूं भाई मैं गुनाहगार होना तैनूं पुछा? ਚੰਗਾ ਭਲਾ ਯਾਰ, ਤੂੰ ਮੈਨੂੰ ਪੈਂਦਿਆਂ ਜੇ ਮਨਾ ਕਰ ਦਿੱਤਾ ਵੀ ਕੁਛ ਨਾ ਪੁੱਛ। ਉਹ ਮੈਂ ਇਸ ਵੇਲੇ ਪਰੇਸ਼ਾਨ ਆ ਯਾਰ, ਤੂੰ ਮੈਨੂੰ ਪੁੱਛ, ਤੂੰ ਕਿ ਗੱਲ ਕੀ ਹੋਈ? ਭਾਜੀ ਮੈਂ ਇੱਥੇ ਕਿਹੜੇ ਗੁਆਟੇ ਦੇ ਥੈਲੇ ਦੇਣ ਡਿਆ ਆ, ਜਾਂ ਮੈਂ ਇੱਥੇ ਕੋਈ ਆਏ ਨੇ ਹਮਦਾਦ ਕਰਨ ਡਿਆ? ਮੈਂ ਆਪ ਪਰੇਸ਼ਾਨ ਆ, ਸਵੇਰੇ 8 ਵਜੇ ਦੁਕਾਨ ਖੋਲੀ ਆ ਅਤੇ ਹਜੇ ਤੱਕ ਫੋਨੀ ਨਹੀਂ ਕੀਤੀ ਹੈਗੀ। ਬਿੱਲ ਮੈਨੂੰ 2600 ਰੁਪਈਆ ਬਿੱਲ ਆ ਗਿਆ। ਕਿਹਨੇ ਤਾਰਨਾ, ਕਿਹਨੇ ਤਾਰਨਾ ਮਾਸਟਰ? ਇੱਥੋਂ ਹੀ ਪੈਸੇ ਲੈ ਕੇ ਤਾਰਨਾ ਹੈ? ਮੈਂ ਤੈਨੂੰ ਦੁੱਖ ਸੁਣਾਉਣਾ, ਤੂੰ ਮੈਨੂੰ ਆਪਣਾ ਦੁੱਖ ਸੁਣਾਈ ਜਾਂਦਾ। ਦੁੱਖ ਕਾਹਦੇ ਸੁਣਾਈ ਜਾਂਦਾ? ਮੈਂ ਅੱਬੂ ਆ ਤੇਰਾ, ਦੱਸ ਦੇ ਗੱਲਾਂ ਕਰੀ ਜਾਣ ਡਿਆ। ਉਹ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ, ਰਾਤੀ ਮੈਂ ਚੰਗਾ ਭਲਾ ਘਰ ਗਿਆ। ਰਾਤੀ? ਹਾਂਜੀ। ਅੱਛਾ ਰਾਤੀ ਗਿਆ, ਇੰਨੇ ਦਿਨਾਂ ਬਾਅਦ? ਇੰਨੇ ਦਿਨਾਂ ਬਾਅਦ ਕਿੱਥੋਂ ਯਾਰ ਗਿਆ? ਫਿਰ ਉਹੀ ਗੱਲ, ਸੁਬਾ ਕੰਮ ਦੇ ਗਿਆ, ਸ਼ਾਮ ਨੂੰ ਮੈਂ ਘਰ ਗਿਆ। ਅੱਛਾ, ਤੇਰੀ ਭਰਜਾਈ ਨੇ ਚੰਗਾ ਵੈਲਕਮ ਕੀਤਾ ਮੇਰਾ ਯਾਰ, ਦਰਵਾਜ਼ਾ ਖੋਲ ਕੇ ਹੱਸੀ ਹੈ। ਆਹੋ ਅਸੀਂ ਵੀ ਫੇਰ ਆ ਗਿਆ। ਉਹ ਯਾਰ ਨਹੀਂ ਰਾਜਾ, ਗੱਲ ਸੁਣ ਲਈ ਦੀ ਹੁੰਦੀ ਹੈ, ਹੱਸ ਕੇ ਮੈਨੂੰ ਕਿਹਾ। ਤੇਰੀ ਇਹ ਬੀਵੀ ਆ ਪਾਗਲਾ ਬਜਾਜੀ ਖੁਦਾ ਆ, ਤੈਨੂੰ ਵੇਖ ਕੇ ਉਹਨੇ ਹੱਸਣਾ ਹੀ ਆ, ਗਲਤ ਗੱਲ ਨਾ ਨਾ ਕਰ ਫਿਰ ਤੂੰ। ਮੈਂ ਵੀ ਇਹੀ ਤੈਨੂੰ ਦੁੱਖ ਰੋਣ ਡਿਆ, ਦੇਖ ਕੇ ਮੈਨੂੰ ਹੱਸੀ, ਅੱਗੇ ਨਾ ਪਿੱਛੇ ਕਦੀ ਅੱਗੇ ਨਹੀਂ ਹੱਸਦੀ, ਰਾਤੀ ਹੱਸੀ। ਅੱਛਾ ਹੱਸੀ ਰਾਤੀ? ਆਹ ਮੈਂ ਖੁਸ਼ ਹੋ, ਕੌਮੇ ਚਲ ਗਈ ਸੀ ਇੰਨੇ ਦਿਨਾਂ ਬਾਅਦ। ਨਵਾਂ ਨਵਾਂ ਤੂੰ ਹਜੇ ਵਿਆਹ ਕੀਤਾ ਮਾਸਟਰ, ਤੇ ਅਜੇ ਤੇ ਮੇਰਾ ਅੱਜ ਕਿੰਨੇ ਦਿਨ ਹੋ ਗਏ? ਆ ਹੋ ਗਏ 15-20 ਦਿਨ ਤਾਂ ਹੋ ਗਏ। ਤੇ ਫਿਰ ਖੁਸ਼ ਹੋਣਾ ਹੀ ਆ। ਅੱਲਾ ਭਾਈ ਤੁਹਾਡੇ, ਤੁਹਾਨੂੰ ਸਲਾਮਤ ਰੱਖੇ, ਸਾਡੀ ਦੁਆ ਆ। ਤੁਹਾਡੇ 'ਚ ਇਤਫਾਕ ਹੋਣਾ ਚਾਹੀਦਾ ਆ, ਮੁਹੱਬਤ ਹੋਣੀ ਚਾਹੀਦੀ। ਇਹੀ ਮੈਂ ਤੈਨੂੰ ਦੁੱਖ ਦੱਸਣ ਲੱਗਾ, ਇਤਫਾਕ ਮੁਹੱਬਤ ਤੋਂ ਹੀ ਮੈਂ ਤੈਨੂੰ ਰੋਣ ਲੱਗਾ, ਮੈਂ ਦੱਸਣ ਲੱਗਾ ਗੱਲ। ਅੱਛਾ ਚੰਗੇ ਭਲਾ ਦਰਵਾਜ਼ਾ ਖੋਲ੍ਹਿਆ, ਮੈਂ ਪੁੱਛਿਆ ਕੀ ਪਕਾਇਆ? ਅੱਛਾ ਮੈਨੂੰ ਕਹਿੰਦੀ ਗੋਭੀ ਗੋਸ਼ਤ ਪਕਾਇਆ। ਮੈਂ ਕਿਹਾ ਚਲੋ, ਮੇਰੇ ਕਹਿਣ ਦੀ ਮੇਰੀ ਇੱਕ ਸੁਬਾ ਮੈਂ ਕਹਿ ਗਿਆ ਸੀ ਗੋਭੀ ਗੋਸ਼ਤ ਪਕਾਈ, ਤਾਂ ਉਹਨੇ ਉਹੀ ਪਕਾ ਲਿਆ, ਉਹਨੇ ਅੱਗੇ ਮੇਰੇ ਰੱਖਿਆ, ਮੈਂ ਖਾਧੀ ਰੋਟੀ ਬੜੇ ਸਕੂਨ। ਮਾਸਟਰ ਕੰਮ ਨਹੀਂ ਹੈਗਾ, ਗੋਭੀ ਗੋਸ਼ਤ ਕਿੱਦਾਂ ਪੱਕ ਗਿਆ? ਤੂੰ ਤਾਂ ਮੰਦੇ ਬੜੇ ਆ ਕੰਮ ਦੇ। ਯਾਰ ਮੰਦੇ ਹੈਗੇ ਅਸੀਂ, ਜੋੜੇ ਜੱਪੇ ਕੋਈ ਨਹੀਂ ਹੁੰਦੇ ਪੈਸੇ, ਸਾਡੇ ਕੋਲ ਘਰ 'ਚ ਪੈਸੇ ਕੋਈ ਨਹੀਂ ਹੈਗੇ। ਅੱਛਾ ਅੱਛਾ ਅੱਛਾ, ਮੈਂ ਤੇਰੀ ਭਰਜਾਈ ਨੂੰ ਫੜਾ ਦਿੰਦਾ, ਉਹਨਾਂ ਖਰਚਾ ਲੈਦਾ। ਅੱਛਾ ਉਹਨੇ ਬਾਈ ਰੋਟੀ ਰੱਖੀ, ਰੋਟੀ ਖਾਧੀ, ਉਸ ਮੈਨੂੰ ਕਹਿੰਦੀ ਕੋਈ ਇੰਡੀਆ ਦੀ ਫਿਲਮ ਨਾ ਭਰਾ ਕੇ ਲਿਆਓ, ਔਰ ਵਿੱਚ USP ਨਹੀਂ ਜਿਹੜੀ ਹੁੰਦੀ। ਹਾਂ ਔਰ ਵਿੱਚ ਫਿਲਮਾਂ ਭਰਾਈ ਦੀਆਂ, ਮੈਂ ਇੰਡੀਆ ਦੀ ਪੰਜਾਬੀ ਫਿਲਮ ਭਰਾ ਕੇ ਦਿੱਤੀ। ਤੂੰ ਉਹਦਾ ਬੰਦਾ ਸੀ ਜਾਂ ਮੁੰਡਾ ਸੀ? ਉਹਦੇ ਕਹਿਣ 'ਤੇ ਨੱਸ ਗਿਆ ਯਾਰ ਤੂੰ, ਉੱਥੇ ਕਿਸੇ ਨਿਆਣੇ ਨੂੰ ਬੱਚੇ ਨੂੰ ਕਹਿ ਗਿਆ ਯਾਰ ਫਿਲਮ ਭਰਾ ਲਿਆ? ਫਿਲਮ ਦਾ ਨਾਂ ਦਾ ਨਹੀਂ ਯਾਦ ਰਹਿੰਦਾ ਮੈਨੂੰ, ਸਾਰੇ ਨਾਂ ਯਾਦ ਆ ਫਿਲਮਾਂ ਦੇ। ਮੈਂ ਉਹਨੂੰ ਕਹਿ ਕੇ ਭਰਾ ਲਿਆ, ਨਿਆਣੇ ਵੀ ਆ ਰਹੇ ਲੱਗ ਗਏ, ਤੂੰ ਸਿਰਫ ਭਰਜਾਈ ਵੀ ਆ ਰਹੇ ਲੱਗ, ਮੇਰੀ ਲੱਗ ਗਈ ਅੱਖ ਜਦੋਂ ਫਿਲਮ ਵੇਖਣ ਲੱਗ ਪਿਆ, ਤੇਰੀ ਅੱਖ ਲੱਗ ਗਈ? ਮੇਰੀ ਅੱਖ ਲੱਗ ਗਈ। ਨਹੀਂ ਤੂੰ ਪੂਰੀ ਫਿਲਮ ਦੇਖੀ ਯਾਰ, ਤੂੰ ਭਰਾ ਕੁਝ ਲੈ ਆਦੀ, ਉਹਦੇ ਪੈਸੇ ਨਹੀਂ ਦਿੱਤੇ ਸੀ ਯਾਰ? ਪੈਸੇ ਦਿੱਤੇ ਮੈਂ ਫਿਰ ਫਿਲਮ ਦੇਖਦਾ, ਮੈਂ ਫਿਰ ਫਿਲਮ ਦੇਖੀ ਨਾ, ਫਿਰ ਪਤਾ ਲੱਗਦਾ ਵੀ ਐਂਡ ਇਹਦਾ ਕੀ ਆ। ਮੈਂ ਫਿਰ ਸਾਰੀ ਸਟੋਰੀ ਦਾ ਨਾ, ਜਿੰਨੀ ਸਟੋਰੀ ਹੁੰਦੀ ਹੈ ਨਾ ਫਿਲਮ ਦੇ ਵਿੱਚ, ਉਹਦਾ ਫਿਰ ਸਾਰਾ ਪਤਾ ਲੱਗਦਾ ਵੀ ਕਿੱਥੋਂ ਸ਼ੁਰੂ ਹੋਈ। ਰਾਜਾ ਮੈਂ ਜਦੋਂ ਮਰਜ਼ੀ ਦੇਖ ਸਕਦਾ, ਮੇਰੇ ਘਰ USP ਪਈ ਆ, ਮੈਂ ਤਾਂ ਰਾਤੀ ਥੱਕਿਆ ਹੀ ਇਹਨਾਂ ਦੀ, ਮੈਂ ਸੌਣ ਲੰਮਾ ਪਿਆ, ਅੱਖ ਲੱਗ ਗਈ। USP ਪਈ ਆ? ਹਾਂ USP ਪਈ ਆ। USP ਹਾਂ ਸਹੀ ਆ। ਤੇ ਮੈਂ ਜਦੋਂ USP ਪਈ ਆ, ਤਾਂ ਉੱਥੇ ਤਾਂ ਕੋਈ ਦੇਖ ਹੀ ਨਹੀਂ ਹੋਣਾ,
ਪਈ ਜੋ ਯੂਐਸਪੀ ਹੈ ਭਈਆ ਯੂਐਸਪੀ ਤੇ ਭਰਾਈ ਦੀ ਹੈ ਨਾ ਫਿਲਮ ਯੂਐਸਪੀ ਦੇ ਵਿੱਚ ਭਰਾਈ ਦੀ ਯੂਐਸਪੀ ਦੇ ਵਿੱਚ ਤਾਂ ਤੂੰ ਦੇਖ ਹੀ ਨਹੀਂ ਸਕਦਾ ਔਰ ਤੂੰ ਫਿਲਮ ਭਰ ਭਾਰੀ ਨਹੀਂ ਹੁੰਦੀ ਹੈ ਕਿ ਯੂਐਸਪੀ ਆਈ ਇਦਾਂ ਨਾ ਤੂੰ ਬੀਏ ਪਾਸ ਬਣ ਜਾ ਅਗਰ ਫੌਰਨ ਹੀ ਯੂਐਸਪੀ ਹੁੰਦੀ ਹੋਰ ਕੀ ਹੁੰਦੀ ਹੈ ਜ਼ਿਆਦਾ ਤੇਰੇ ਦੰਦ ਵੱਡੇ ਆ ਤੇ ਕੋਈ ਮਾਸਟਰ ਗੱਲ ਜਿਹੜੀ ਆ ਯੂਐਸਪੀ ਕਹਿ ਰਹੇ ਆ ਤੂੰ ਯੂਐਸਪੀ ਯੂਐਸਪੀ ਓ ਮੈਂ ਦੱਸਿਆ ਮੈਂ ਸੁੱਤਾ ਪਿਆ ਮੇਰੇ ਕਿਤੇ ਸਵੇਰੇ ਨਾ 8 ਵਜੇ ਆ ਕੇ ਖੁੱਲੀ 8 ਵਜੇ ਅੱਗੇ ਤੇਰੀ ਭਰਜਾਈ ਮੇਰੇ ਤੋਂ ਪਹਿਲਾਂ ਉੱਠੀ ਹੁੰਦੀ ਸੀ ਤੇ ਅੱਜ ਵੀ ਪਹਿਲਾਂ ਉੱਠੀ ਸੀ ਅੱਛਾ ਅੱਛਾ ਤੇ ਮੈਂ ਜਦੋਂ ਪਹਿਲਾਂ ਹੀ ਉੱਠਦੀ ਹੈ ਇਹਦੇ ਵਿੱਚ ਐਡੀ ਹੈਰਾਨ ਹੋ ਗਏ ਦੱਸਣ ਵਾਲੀ ਤੇ ਮਾਸਟਰ ਗੱਲ ਹੀ ਨਹੀਂ ਹੈਗੀ ਅਗਲੀ ਗੱਲ ਸੁਣ ਲੈ ਜੀ ਦੱਸਣ ਡਿਆ ਜਿਵੇਂ ਪਤਾ ਨਹੀਂ ਤੇਰੇ ਤਿੰਨ ਮੱਝਾਂ ਖੁੱਲ ਗਈਆਂ ਕਰੀ ਤੂੰ ਨੁੱਕਰ ਵੇਖਦਾ ਵੀ ਕੋਈ ਸੁਣ ਨਹੀਂ ਰਿਹਾ ਇਹ ਗੱਲ ਕਿਹੜੀ ਐਡੀ ਖਿਲਾਰੇ ਦੀ ਦੁੱਖ ਤਾਂ ਅਗਲੀ ਗੱਲ ਵੀ ਪਹਿਲਾਂ ਹੀ ਉੱਠਦੀ ਹੈ ਜਿੱਦਾਂ ਤੂੰ ਯੂਐਸਪੀ ਭਰਾ ਕੇ ਲਿਆਇਆ ਉਦੋਂ ਵੀ ਪਹਿਲਾਂ ਹੀ ਉੱਠ ਗਈ ਇਹਦੇ ਵਿੱਚ ਹੈਰਾਨ ਹੋਣ ਵਾਲੀ ਗੱਲ ਰਾਜਾ ਕਿਸੇ ਦਾ ਦੁੱਖ ਸੁਣ ਲਈਦਾ ਹੁੰਦਾ ਚੰਗਾ ਹੁੰਦਾ ਤੈਨੂੰ ਮੈਂ ਕੀ ਦੱਸਾਂ ਨਾ ਨਾ ਰੋਈ ਨਾ ਮੈਂ ਰੁਪਈਆ ਇੱਕ ਨਹੀਂ ਵਟਿਆ ਸਮੇਂ ਲੱਗੀ ਤੇ ਮੈਂ ਸਾਹ ਤੇਰੇ ਨਾਲ ਅਗਲੇ ਦੁੱਖ ਵਾਲੀ ਗੱਲ ਅੱਗੇ ਆ ਅੱਗੇ ਆ ਮੈਂ 8 ਵਜੇ ਮੈਂ ਉਹ 7 ਵਜੇ ਉੱਠ ਜਾਂਦੀ ਸੀ ਮੈਂ 8 ਵਜੇ ਅੱਜ ਉੱਠਿਆ ਤੇ ਮੈਂ ਆਲੇ ਦੁਆਲੇ ਦੇਖਿਆ ਤੇ ਮੈਂ ਕਿਹਾ ਪਤਾ ਨਹੀਂ ਕਿਚਨ 'ਚ ਹੋਊਗੀ ਮੈਂ ਕਿਚਨ ਜਾ ਕੇ ਦੇਖਿਆ ਉੱਥੇ ਵੀ ਹੈ ਨਹੀਂ ਮੁੜ ਕੇ ਮੈਂ ਕਿਹਾ ਸ਼ਾਇਦ ਬਾਹਰ ਕੋਈ ਸੌਦਾ ਸੁੱਦਾ ਲੈਣ ਮੈਂ ਬਾਹਰ ਧਿਆਨ ਸਾਹਮਣੇ ਕਰਿਆ ਨਹੀਂ ਦੁਕਾਨ ਮੈਂ ਦੇਖਿਆ ਉੱਥੇ ਵੀ ਹੈ ਨਹੀਂ ਮੈਂ ਬਹਿ ਗਿਆ ਮੈਂ ਕਿਹਾ ਕਿਸੇ ਸਹੇਲੀ ਸਹੂਲੀ ਵੱਲ ਗਈ ਹੋਣੀ 8 ਵੱਜ ਗਏ 9 ਵੱਜ ਗਏ 10 ਵੱਜ ਗਏ ਮੈਂ ਨਿਆਣਿਆਂ ਨੂੰ ਉੱਠ ਕੇ ਨਾਸ਼ਤਾ ਨੁਸ਼ਤਾ ਬਣਾ ਕੇ ਤੋਰ ਦਿੱਤਾ ਮੈਂ ਕਿਹਾ ਜਾਓ ਪੁੱਤ ਤੁਸੀਂ ਨਹੀਂ ਆਈ ਹਾਲੇ ਤੱਕ ਨਹੀਂ ਗਏ ਉਹ ਯੂਐਸਪੀ ਦੇ ਵਿੱਚ ਕੋਈ ਨਾ ਕੋਈ ਫਿਲਮ ਉਹਨੇ ਵੇਖ ਲਈ ਆ ਠੀਕ ਹੈ ਯਾਰ ਯੂਐਸਪੀ ਦੇ ਵਿੱਚ ਕਿਹੜਾ ਐਡਰੈਸ ਭਰਿਆ ਸੀ ਉਹਨਾਂ ਨੇ ਫਿਲਮਾਂ ਫਿਲਮਾਂ ਜਿਹੜੀਆਂ ਲੱਗਦੀਆਂ ਨਾ ਅੱਜ ਕੱਲ੍ਹ ਡਰਾਮੇ ਫਿਲਮਾਂ ਜਿਹੜੀਆਂ ਇਹ ਕਹਾਣੀਆਂ ਇੱਦਾਂ ਦੀਆਂ ਚੱਲੀਆਂ ਆ ਰਾਜਾ ਨਾ ਤੁਸੀਂ ਕਿਸੇ ਦਾ ਦੁੱਖ ਸੁਣ ਹੀ ਨਹੀਂ ਸਕਦੇ ਰਾਜਾ ਅੱਛਾ ਫੇਰ ਕੀ ਹੋਇਆ ਹਾਲੇ ਤੱਕ ਨਹੀਂ ਆਈ ਦੌੜ ਗਈ ਆ ਹੌਲੀ ਬੋਲ ਯਾਰ ਦੌੜ ਕਿੱਥੇ ਗਈ ਆ ਮੈਂ ਦੌੜਦੀ ਦੇਖਦਾ ਮੈਂ ਫੜ ਨਾ ਲੈਂਦਾ ਪਤਾ ਨਹੀਂ ਕਿੱਥੇ ਚਲੇ ਗਈ ਪਤਾ ਨਹੀਂ ਕਿੱਥੇ ਚਲੇ ਗਈ ਓਏ 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 ਮਾਸਟਰ ਮੇਰੇ ਤਾਂ ਹੁਣ ਗੱਲ ਸਮਝ ਆਈ ਹੈ ਮਾਸਟਰ ਤੂੰ ਤਾਂ ਬੜਾ ਦੁਖੀ ਹੈ ਯਾਰ ਮਾਸਟਰ ਤੈਨੂੰ ਪਤਾ ਨਹੀਂ ਲੱਗਾ ਵੀ ਇਹ ਕਿਹੜਾ ਖਾਨਦਾਨ ਆ ਤੂੰ ਪੁਣ ਛਾਟ ਕਰੀ ਦੀ ਆ ਮੈਨੂੰ ਕੀ ਪਤਾ ਵਿਆਹ ਕਰੀਦਾ ਹਜੇ ਤਾਂ ਤੇਰੇ 15-20 ਦਿਨ ਹੋ ਗਏ ਤੂੰ ਦੌੜ ਗਈ ਹੈ ਅੱਧੇ ਤੋਲੇ ਦੇ ਕਾਂਟੇ ਪਾਏ ਸੀ ਉਹ ਵੀ ਹੈ ਨਹੀਂ ਵੀ ਟਰੰਕ ਜੇ ਦੇਖੇ ਉਹ ਵੀ ਹੈ ਨਹੀਂ ਮਾਸਟਰ ਫਿਰ ਉਹ ਆਪਣੀਆਂ ਦਿਹਾੜੀਆਂ ਲੈ ਗਈ ਦਿਹਾੜੀਆਂ ਗਾੜੀਆਂ ਮੈਂ ਕਿਹੜਾ ਉਹਦੇ ਮਕਾਨ ਬਣਾਉਣ ਡਿਆ ਸੀ ਯਾਰ ਬੱਚੇ ਤੇਰੇ ਆ ਹਾਂ ਤੇ ਮੇਰੇ ਤਾਂ ਪਹਿਲੇ ਬੱਚੇ ਹੋ ਗਏ ਆਹ ਤੇ ਨੌਕਰਾਣੀ ਜਦੋਂ ਘਰ ਦੇ ਵਿੱਚ ਰੱਖੀ ਹੈ ਨਾ ਉਹ 15-20 ਹਜ਼ਾਰ ਰੁਪਇਆ ਹੁਣ ਤਾਂ 30 ਹਜ਼ਾਰ ਲੈਂਦੀ ਨੌਕਰਾਣੀ ਉਹ ਸਾਡੇ ਬੱਚਿਆਂ ਨੂੰ ਸਾਂਭਦੀ ਰਹੀ ਆ ਉਹਨੇ ਕਿਹਾ ਵੀ ਮੈਂ ਇਹਦਾ ਕਿਰਾਇਆ ਲੈ ਕੇ ਚਲੇ ਜਾਵਾਂ ਯਾਰ ਨੌਕਰਾਣੀ ਦਾ ਐਗਰੀਮੈਂਟ ਕਰੀਦਾ ਨਿਕਾਹ ਨਾਮਾ ਨਹੀਂ ਲਿਖੀਦਾ ਉਹ ਨੌਕਰਾਣੀਆਂ ਦਾ ਹੋਰ ਹਿਸਾਬ ਹੁੰਦਾ ਯਾਰ ਨਹੀਂ ਤੈਨੂੰ ਪਤਾ ਨਹੀਂ ਸੀ ਉਹ ਤੂੰ ਉਹ ਪਿੱਛੋਂ ਕਿੱਦਾਂ ਦੀ ਆ ਤੂੰ ਪੁਣ ਛਾਟ ਨਹੀਂ ਮੈਂ ਕੀ ਦੇਖਣਾ ਸੀ ਬੰਦਾ ਵਿਆਹ ਕਰਨ ਤੋਂ ਪਹਿਲਾਂ ਪੁੱਛਦਾ ਆ ਵੀ ਇਹ ਕੌਣ ਆ ਕਿੱਥੋਂ ਆਏ ਆ ਤੇ ਤੂੰ ਤਾਂ ਪਰੇਸ਼ਾਨੀ ਇੰਨਾ ਸੀ ਮੈਂ ਕੀ ਦੇਖਣਾ ਸੀ ਯਾਰ ਨਹੀਂ ਹੁਣ ਕਿਸੇ ਨਾਲ ਗੱਲ ਨਹੀਂ ਕੀਤੀ ਤੇਰੀ ਮਿਹਰਬਾਨੀ ਤੂੰ ਵੀ ਕਿਸੇ ਨਾਲ ਗੱਲ ਨਾ ਕਰੀ ਅੰਦਰੋਂ ਅੰਦਰ ਹੀ ਕਿਤੇ ਪਤਾ ਲਵਾ ਕਿ ਤੁਹਾਡੇ ਲੋਕਾਂ ਦੀ ਬਾਕਵੀਤ ਬਹੁਤ ਹੁੰਦੀ ਹੈ ਕੋਈ ਮਾਰਿਆ ਕੁੱਟਿਆ ਤਾਂ ਨਹੀਂ ਹੈਗਾ ਉਹਨੂੰ ਕੋਈ ਅਸੀਂ ਮਾਰਨ ਵਾਲੇ ਲੋਕ ਹਾਂ ਮੈਂ ਤੁਹਾਨੂੰ ਕਦੀ ਹੱਥ ਵੀ ਨਹੀਂ ਲਾਇਆ ਯਾਰ ਬਸ ਹੱਥ ਨਹੀਂ ਨਾ ਲਾਇਆ ਉਹ ਤੇਰੀ ਚਲ ਗਈ ਜੀ ਉਹ ਪਹਿਲੇ ਦਿਨ ਆਈ ਹੁੰਦੀ ਉਹਨੂੰ ਫੜ ਕੇ ਤੂੰ ਸਮਝਾਉਂਦਾ ਵੀ ਆਹ ਭਲੀਏ ਗੱਲ ਆ ਮੇਰੇ ਬੱਚਿਆਂ ਦਾ ਖਿਆਲ ਕਰਨਾ ਮੇਰਾ ਕਰਨਾ ਠੀਕ ਹੈ ਉਹ ਗੱਲ ਐਸੀ ਕਰਦੀ ਆ ਚਪੇੜ ਮਾਰਦਾ ਮੂੰਹ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਮੇਰਾ ਜਿਹੜਾ ਬੰਦਾ ਆ ਬੜਾ ਇਹ ਬੜੀ ਗਰਮ ਤਬੀਅਤ ਦਾ ਹੈ ਪਹਿਲੀ ਜਿਹੜੀ ਬੁੱਢੀ ਮਰੀ ਨਾ ਉਹਨੂੰ ਮੈਂ ਇੱਕ ਦਿਨ ਕੁੱਟਿਆ ਸੀ ਦੂ ਅਗਲੇ ਦਿਨ ਮਰ ਗਈ ਸੀ ਇਸ ਵਜ੍ਹਾ ਤੋਂ ਮੈਨੂੰ ਹੱਥ ਹੀ ਨਹੀਂ ਲਾਇਆ ਮੈਂ ਕਿਹਾ ਇਹਨੂੰ ਕੁੱਟੂੰਗਾ ਤਾਂ ਉਹ ਮਰੀ ਨਹੀਂ ਐਡਾ ਹੱਕ ਹੋ ਗਈ ਚਲ ਗਈ ਤੇ ਹੁਣ ਤੂੰ ਲੱਭੀ ਨਹੀਂ ਹੈਗੀ ਮੈਂ ਕਿੱਥੇ ਲੱਭਣੀ ਰਾਜਾ ਮੈਨੂੰ ਕੋਈ ਆਇਆ ਅਤਾ ਪਕਤਾ ਹੋਵੇ ਤਾਂ ਮੈਂ ਜਾਵਾਂ ਕਿਸੇ ਡੇਰੇ ਤੇ ਪਤਾ ਕਰ ਕਿਹੜੇ ਡੇਰੇ ਤੇ ਜਾਵਾਂ ਯਾਰ ਮੈਂ ਕੈਸੀ ਗੱਲ ਕਰ ਰਿਹਾ ਡੇਰੇ ਤੇ ਦੇਖਣੀ ਸੀ ਸੌਰੀ ਯਕੂਬ ਦੇ ਡੇਰੇ ਤੇ ਉਹ ਹੀ ਫੈਸਲਾ ਕਰਦੇ ਆ ਸਾਰੇ ਪਿੰਡਾਂ ਦੇ ਜਿੰਨੇ ਆਉਂਦੇ ਉਹ ਕੋਈ ਆਉਂਦੇ ਅੱਛਾ ਆਪਣੇ ਚੋਰੀ ਕੋ ਅੱਛਾ ਤੇ ਉਹਨੂੰ ਵੇਖਣਾ ਹੋ ਸਕਦਾ ਚੋਰੀ ਕੋ ਰੁਸਕ ਗਈ ਹੋ ਮੈਂ ਤੈਨੂੰ ਮੇਰੇ ਵਾਸਤੇ ਤੂੰ ਹੀ ਚੌਧਰੀ ਆ ਮੈਂ ਤੈਨੂੰ ਆ ਕੇ ਦੁੱਖ ਦੱਸਿਆ ਮੈਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਮੈਂ ਤਾਂ ਆਪਣੇ ਘਰ ਨਹੀਂ ਕਿਸੇ ਨਾਲ ਕੀਤੀ ਗੱਲ ਕੋ ਹੋਰ ਤੇ ਨਹੀਂ ਨਾਲ ਲੈ ਗਈ ਕੋਈ ਚੀਜ਼ ਇਸ ਤੋਂ ਵੱਡਾ ਕੀ ਲਿਜਾਣਾ ਉਹਨੇ ਨਾਲ ਤੇ ਮੇਰੀ ਇੱਜ਼ਤ ਹੀ ਲੈ ਗਈ ਨਾਲ ਫੇਰ ਕਾਹਦਾ ਨੁਕਸਾਨ ਤੁਹਾਡੀ ਕਾਹਦੀ ਇੱਜ਼ਤ ਕਿੰਨੀ ਲੈ ਗਈ ਹੋਏ ਕੈਸੀ ਗੱਲ ਆ ਰਾਜਾ ਤੂੰ ਕਿਹੜੀ ਗੱਲ ਕਰ ਇੱਜ਼ਤ ਦੀ ਕਿਹੜੀ ਗੱਲ ਆ ਗੱਲ ਤੇ ਇਹ ਕਰ ਵੀ ਉਹ ਗਈ ਆ ਕਿਉਂ ਗਈ ਆ ਕੱਲ ਨੂੰ ਮੱਲੇ ਵਾਲਿਆਂ ਨੂੰ ਪਤਾ ਲੱਗ ਜਾਵੇ ਵੀ ਆ ਮਾਸਟਰ ਦੀ ਬੁੱਢੀ ਦੌੜ ਗਈ ਆ ਕਿੱਡੀ ਇਹ ਨਕਾਤੀ ਵਾਲੀ ਗੱਲ ਆ ਹੋਰ ਕਿਸੇ ਨੂੰ ਪਤਾ ਨਾ ਲੱਗੇ ਤੈਨੂੰ ਜਿਹੜਾ ਪਤਾ ਲੱਗਣਾ ਇਹ ਗਲਤੀ ਹੋਈ ਮੇਰੇ ਤੋਂ ਇਹ ਸਾਰੀ ਜ਼ਿੰਦਗੀ ਹੁਣ ਤੂੰ ਇਹ ਲੁਕੋਈ ਜਾਏਗਾ ਕੀ ਦੱਸੇਗਾ ਵੀ ਗਈ ਆ ਜਾਂਦੀ ਆ ਜਾਂਦੀ ਆ ਆ ਜਾਂਦੀ ਬਸ
तकदीर खोटी जो हो जाए तू ब्याह कराने तो पहला यह सोची जा हूं तुझ तो यह नहीं वेखते है बच्चे तेरे निके निके है तू ब्याह कराने तो पहला यह सोच कि यार मेरा गुलदस्ता बच्चों का बनया है बच्चे मेरा प्यार करते हैं ठीक है माँ का प्यार भी उन्होंने मैं ही देना है प्यो का भी मैं ही देना है यार बुढ़ी तो बगैर घर नहीं सोना लगता राजा तो फिर कितने गई है यह तो दुख पता नहीं कितने मैंने कहते सुनाई जाना मैं पाली ही है मैंने कहते दसी जाना है जाके लभ सैकल लै राजा को मशवरा तो दे यार मशवरा तेन हूँ की गल मकान शुरू करना तू की मशवरा देव तेन मैं राजा चाह फड़ हद हो गई है दे इन मलंगी ओनू आप फड़ा तू यार दे रहे उन्हें चाह तू दे रहे की गल की खैर राजा मैं तेरे को पैसे लाने मेरे कुत्ते फड़ा दे मैं कोई नहीं फड़ चाह मेरे डोल दे उत्ते कुत्ते हो गए राजा मैं तेरे को पैसे लेने मेरे नो ते गिट्टे ते पा दे जा मैनू कोई परवाह नहीं चुक फड़ा उन्हूं जा चल फड़ यार लिया फड़ा रे भाई चाह रे फड़ा दे राजा तू फड़ा अपने हाथ मैं तेरे को पैसे लाने तेरी दुकान ते आया ओया मुर्शिद दा मेरा उन्हें मैंने चाह दम करके फड़ाउनी है फड़ा दे अरे यार तू नहीं की गल की खैर है मैं की पता मेरे नाल ते जेड़ा हादसा है तैनूं तो पता दस्या बता मलंगी तैनूं मैं गल दसा ना ना रहन दे की गल चाह दा क्या गल ओ चाह दा क्या भाई यार नहीं छड़ की दे गल दस सानूं असीं इलाके दे मकामी आदमी है दस मलंगी अपना मल यार तू चार कोल मास्टर बंदे आंदे जांदे हुंदे आ तेरी दुकानदारी है चाह पीण आंदे आ कोई गल निकलदी हुंदी आ समझदा हुंदा मलंगी गल नहीं करन वाला मलंगी अपना भरा है जिहड़ा चाह नहीं देण दिया गल किवें पहुंचाऊंगा चाह दे दिंदा है मैं उहनूं काली चाह दे दिंदा राजा मलंगी यार तैनूं हुण की दसां मैं ओह गल की है राजा कोई गल खोल के दस सानूं वी इहदा विआह होया आ इहदा ਇਹ ਤਾਂ ਬੱਚੇ ਹੀ ਗੜਗੜੇ ਬਸ ਇਹਨੇ ਕਿਤੇ ਨਾ ਚੋਰੀ ਵਿਆਹ ਕਰ ਲਿਆ ਦੂਜਾ ਵਿਆਹ ਕੀਤਾ ਹਾਂ ਹਾਲਾਤ ਠੀਕ ਨਹੀਂ ਨਾ ਹੈਗੇ ਮਹਿੰਗਾਈ ਇੰਨੀ ਆ ਉਹ ਫਿਰ ਨਾ ਬੱਚਿਆਂ ਕੋ ਘਰ ਕੋਈ ਨਹੀਂ ਸੀ ਹੈ ਅੱਛਾ ਉਹਨੇ ਫਿਰ ਵਿਆਹ ਕਰ ਲਿਆ ਉਹ ਕਿਤੇ 15-20 ਦਿਨਾਂ ਬਾਅਦ ਹੈ ਨਾ ਕੱਪ ਦਾ ਫੜਾ ਦੇ ਚਾਹ ਮੂੰਹ ਦਾ ਮਿੱਠਾ ਕਰਾਂ ਗੱਲਾਂ ਤਾਂ ਤੇਰੀਆਂ ਕੌੜੀਆਂ ਹੀ ਆ ਉਹ ਕਿਤੇ ਦੌੜ ਗਈ ਹੈ 15-20 ਦਿਨਾਂ ਬਾਅਦ ਓਏ ਹੋਏ ਰਾਜਾ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਿੰਨਾ ਕੁ ਦੌੜ ਗਈ ਉਹਨੂੰ ਜਦੋਂ ਸਾਹ ਚੜ੍ਹਿਆ ਉਹਨੇ ਚੁੱਪ ਕਰਕੇ ਬਹਿ ਜਾਣਾ ਉਹ ਦੌੜੀ ਕਿੱਥੇ ਆ ਪਤਾ ਨਹੀਂ ਕਾਹਦੇ 'ਚ ਬਹਿ ਕੇ ਗਈ ਹੈ ਮੈਨੂੰ ਕੀ ਪਤਾ ਦੌੜੀ ਹੈ ਕਿ ਕਿੱਦਾਂ ਪੈਦਲ ਗਈ ਹੈ ਮੈਨੂੰ ਕੀ ਪਤਾ ਚੱਲ ਗਈ ਆ ਚੱਲ ਗਈ ਆ ਕਹਿੰਦੇ ਨਹੀਂ ਹੁੰਦੇ ਵੀ ਉਹ ਫਲਾਣੇ ਦੇ ਇੱਦਾਂ ਓਏ ਹੋਏ ਹੋਏ ਉਹ ਗੱਲ ਹੋਈ ਅੱਛਾ ਇੱਦਾਂ ਗਈ ਆ ਆ ਬਸ ਯਾਰ ਮਲੰਗੀ ਤੈਨੂੰ ਕੀ ਦੱਸਾਂ ਆ ਲੈ ਚਾਹ ਫੜਾ ਦੇ ਯਾਰ ਤੇਰੀ ਚਾਹ ਤੇਰੇ ਸੱਟਾਂ ਲੱਗੀਆਂ ਚਾਹ ਰਾਜਾ ਚਾਹ ਤੂੰ ਹੀ ਫੜ ਕੇ ਫੜਾ ਦੇ ਯਾਰ ਮੈਂ ਇਹਨੂੰ ਚਾਹ ਨਹੀਂ ਪਿਉਣੀ ਮੈਂ ਤੇਰੀ ਦੁਕਾਨ ਤੇ ਆਇਆ ਚਾਹ ਲੈ ਮੈਂ ਇਹਨੂੰ ਸਮਝਾਇਆ ਸੀ ਮੈਂ ਕਿਹਾ ਮਾਸਟਰ ਵਿਆਹ ਨਾ ਕਰੀ ਅੱਜ ਕੱਲ੍ਹ ਜਿਹੜਾ ਨਾ ਮਾਹੌਲ ਠੀਕ ਨਹੀਂ ਹੈ ਸਹੀ ਗੱਲ ਹੈ ਉਹ ਵਕਤ ਹੋਰ ਸੀ ਆਹੋ ਸੋ ਮੇਰੇ ਕਿਸੇ ਨੂੰ ਠੋਕਰ ਲੱਗਣੀ ਠੋਕਰ ਲੱਗੀ ਐਸਾ ਠੀਕ ਹੋਏ ਆ ਐਸਾ ਠੀਕ ਹੋਈ ਆ ਹੁਣ ਤਾਂ ਠੋਕਰਾਂ ਨੂੰ ਸਮਝਦੇ ਕੋਈ ਨਹੀਂ ਪੈਰ ਪਾੜ ਜਾਂਦੇ ਆ ਫਿਰ ਹੀ ਅੜਦੀ ਹੈ ਮੈਂ ਕਹਿੰਦਾ ਰੌਲਾ ਹੀ ਕੋਈ ਨਹੀਂ ਹਾਂ ਤੇ ਹੁਣ ਬੈਠਾ ਆ ਲਿਆ ਦੇ ਦੇ ਚਾਹ ਦਾ ਫੜਾ ਦੇ ਮਲੰਗੀ ਚਾਹ ਦੱਸ ਤੂੰ ਰਾਜਾ ਕਿਵੇਂ ਬਣਾਈ ਚਾਹ ਸਵਾਦ ਆ ਗਿਆ ਮਨ ਚੀਨੀ ਪੱਤੀ ਪੂਰੀ ਪੂਰੀ ਆ ਅਲਿਆ ਮੈਨੂੰ ਉਹ ਤੂੰ ਤਾਂ ਫੜਾ ਦੇ ਯਾਰ ਰਾਜਾ ਨੂੰ ਹੱਥ ਪਰੇ ਕਰ ਲਾ ਇਹ ਕੀ ਹੈ ਇਹ ਕੀ ਪੀ ਲੈ ਇਹਨੂੰ ਕੀ ਆ ਕੁੱਤਾ ਫੜਾਉਣ ਡੇ ਆ ਤੈਨੂੰ ਓਏ ਉਹ ਚਾਹ ਫੜਾ ਦੇ ਯਾਰ ਜਿਹੜੀ ਇਹਨੂੰ ਕੀ ਗੱਲ ਆ ਉਹ ਜਿਹੜੀ ਫਰੈਸ਼ ਆ ਚਾਹ ਉਹ ਦੇ ਦੇ ਨਵੀਂ ਦੇ ਯਾਰ ਉਹ ਨਵੀਂ ਦੇ ਆ ਆ ਇਹ ਪਿਛਲੇ ਮੰਗਲ ਦੀ ਆਈ ਮੈਨੂੰ ਤਰਸ ਵੀ ਬੜਾ ਮਾਸਟਰ ਤੇ ਆਉਣ ਡਿਆ ਮਾਸਟਰ ਚੰਗਾ ਬੰਦਾ ਯਾਰ ਸਾਡਾ ਚੰਗਾ ਤੈਨੂੰ ਚੰਗਾ ਲੱਗਣਾ ਮੈਨੂੰ ਤਾਂ ਜ਼ਹਿਰ ਲੱਗਣ ਡਿਆ ਇਸ ਗੱਲ ਤੋਂ ਇਸ ਇੱਕ ਗੱਲ ਹੋਵੇ ਤੈਨੂੰ ਦੱਸਾਂ ਕੀ ਰੌਲਾ ਕੀ ਤੇਰਾ ਰੌਲਾ ਕੀ ਚਾਹਵਾਂ ਪੀ ਜਾਂਦਾ ਰੁਪਈਆ ਇੱਕ ਨਹੀਂ ਦੇਣ ਡਿਆ ਯਾਰ ਮੰਦੇ ਠੰਡੇ ਜਾਣ ਡਏ ਆ ਰੋਜ਼ਿਆਂ ਦੇ ਦਿਨ ਨੇ ਸਾਡਾ ਕੰਮ ਨਹੀਂ ਚੱਲਦਾ ਤੈਨੂੰ ਇਸ ਤੋਂ ਬਾਅਦ ਦੇ ਦਿਆਂਗੇ ਤੈਨੂੰ ਕਿਹਾ ਦਿੱਤਾ ਇਹ ਗੱਲ ਕਰਦਾ ਤਿੰਨ ਇੱਦਾਂ ਲਗਾਤੀਆਂ ਨੇ ਤਿੰਨ ਇੱਦਾਂ ਲਗਾਤੀਆਂ ਕਿਹੜਾ ਕਰਦਾ ਜਿਹੜਾ ਇਸ ਤੋਂ ਬਾਅਦ ਚੱਲਣਾ ਤੂੰ ਉਹ ਭਾਈ ਸਾਡਾ ਸੀਜ਼ਨ ਇਸ ਤੋਂ ਬਾਅਦ ਸ਼ੁਰੂ ਹੁੰਦਾ ਤੈਨੂੰ ਇਸ ਗੱਲ ਦੀ ਅਕਲ ਹੈ ਸੀਜ਼ਨ ਕਿਹੜਾ ਉਹਦੇ ਹਦਵਾਣਾ ਸਟਾਉਣਾ ਆ ਮਾਸਟਰ ਨੂੰ ਪੈਸੇ ਦੇ ਵਿਚਾਰਾ 50-50 ਰੁਪਈਏ 25-25 20-20 ਰੁਪਈਏ ਕਰਕੇ ਉਹ ਬੱਚਿਆਂ ਦਾ ਲੈ ਕੇ ਜਾਂਦਾ ਯਾਰ ਅਸੀਂ ਵੀ 10-20 ਰੁਪਈਆ ਕਰਕੇ ਵਰਦੀ ਇੰਜ ਪਾਈ ਹੈ ਵੀ ਤੈਨੂੰ ਵਰਦੀ ਇਸ ਵਿੱਚ ਇਹ ਵੀ ਨਹੀਂ ਕਹਿ ਸਕਦਾ ਸਾਡਾ ਬੰਦਾ ਫਲਾਣੇ ਥਾਣੇ ਅੰਦਰ ਜਾ ਲਾਇਆ
ਤੈਨੂੰ ਬਣਨੀ ਨਹੀਂ ਦੇਣਾ ਉਹਨਾਂ ਨੇ ਇਸ ਵਰਦੀ ਵਾਲੇ ਤੋਂ ਬਣਨੀ ਨਹੀਂ ਦਿੰਦੇ ਬੜੇ ਵਰਦੀ ਵਾਲੇ ਬਣਨੇ ਆਹੋ ਤਰੱਕੀ ਬਹੁਤੀ ਕੀਤੀ ਆ ਸੁਨੀਲ ਜੀ ਲਾ ਲਈ ਹੈ ਤੇ ਤੁਸੀਂ ਬਹੁਤੇ ਬਣ ਗਏ ਤਰੱਕੀ ਕੀਤੀ ਵੱਡੇ ਬੂਟ ਲਵਾ ਲਏ ਇੱਥੋਂ ਇੱਥੇ ਕਰ ਲੈ ਬਸ ਉਹ ਚਾਚਾ ਗੰਮਿਆ ਤੂੰ ਇੱਥੇ ਬੈਠਾ ਵਾਂ ਮੈਂ ਲਾ ਲਾ ਥੱਕ ਗਿਆ ਪੂਰਾ ਲੈ ਗੰਮਿਆ ਗਾਮਾ ਗਾਮੇ ਖਾ ਗਏ ਅੱਛਾ ਚਾਚਾ ਇਹ ਮੁੰਡਾ ਕੌਣ ਆ ਇਹ ਮੁੰਡਾ ਆਪਣਾ ਮਹੱਲੇ ਦਾ ਹੀ ਆ ਭਤੀਜਾ ਹੀ ਲੱਗਦਾ ਭਤੀਜਾ ਆ ਸ਼ਕਲ ਵੀ ਤੇਰੇ ਨਾਲ ਮਿਲਦੀ ਆ ਤੇਰਾ ਹੀ ਮੂੰਹ ਐ ਕਰਕੇ ਨਾ ਉਹਦਾ ਵੀ ਆ ਛੱਡ ਦੇ ਯਾਰ ਤੈਨੂੰ ਸ਼ਗਲ ਚੜੇ ਤੈਨੂੰ ਪਤਾ ਮੈਂ ਕਿੰਨਾ ਦੁਖੀ ਅੰਦਰੋਂ ਇਹ ਮੁੰਡਾ ਨਾ ਫਨਕਾਰਾਂ ਫਨਕੂਰਾਂ ਦੀਆਂ ਆਵਾਜ਼ਾਂ ਵੂਜ਼ਾਂ ਬਹੁਤ ਸੋਹਣੀਆਂ ਕੱਢਦਾ ਇਹਨੂੰ ਪਤਾ ਹੈ ਕੀ ਵਾਕਿਆ ਹੋਇਆ ਤੂੰ ਹੁਣ ਸਾਰਿਆਂ ਨੂੰ ਦੱਸਦੇ ਯਾਰ ਨਹੀਂ ਉਹ ਜਿਹੜਾ ਆਹ ਛੱਡ ਤੂੰ ਆ ਜਾਂਦੇ ਗਏ ਸੀ ਜਦੋਂ ਜੁੱਤੀ ਨਾ ਲਾਂਦਾ ਤੈਨੂੰ ਮੈਂ ਦੇ ਦਿੰਦਾ ਚਾਹ ਦੇ ਪੈਸੇ ਜਿੱਡਾ ਵੱਡਾ ਤੇਰੇ ਨਾਲ ਹਾਦਸਾ ਹੋਇਆ ਆ ਇਸ ਹਾਦਸੇ ਵਾਲਾ ਤਾਂ ਬੰਦਾ ਨਵੀਂ ਜੁੱਤੀ ਪਾਉਂਦਾ ਹੀ ਨਹੀਂ ਰਹੀ ਨਹੀਂ ਇਹਦੇ ਕੋਲ ਕਿੱਥੇ ਰਹਿਣੀ ਸੀ ਜਦੋਂ ਇਹਨੇ ਪੈਸੇ ਨਹੀਂ ਦੇਣੇ ਇਹਦੇ ਕੰਮ ਹੀ ਨਹੀਂ ਸਹੀ ਤੈਨੂੰ ਪਤਾ ਨਹੀਂ ਹੈਗਾ ਮਾਸਟਰ ਦਾ ਬੜਾ ਨੁਕਸਾਨ ਹੋਇਆ ਕੀ ਹੋਇਆ ਇਹ ਕਿਤੇ ਰਾਤ ਨੂੰ USP ਭਰਾ ਕੇ ਲਿਆਇਆ ਇਹ USP ਕਹਿੰਦਾ ਆ ਅੱਛਾ ਇਹ ਕਿਤੇ ਭਰਾ ਕੇ ਲਿਆਇਆ ਫਿਲਮਾਂ ਉਹਦੇ ਵਿੱਚ ਅੱਛਾ ਇਹਨੇ ਕਿਤੇ ਉਹਨੂੰ ਕਹਿਤਾ ਵੀ ਫਿਲਮਾਂ ਫੁਲਮਾਂ ਵੇਖੋ ਬੱਚਿਆਂ ਨਾਲ ਅੱਛਾ ਉਹਨੇ ਫਿਲਮ ਫਿਲਮ ਵੇਖਣ ਲੱਗ ਪਈ ਕਿਤੇ ਇਹਦੀ ਅੱਖ ਲੱਗ ਗਈ ਅੱਛਾ ਉਹ ਹੁਣ ਖਬਰੀ ਫਿਲਮ ਦੇ ਵਿੱਚ ਕਿੱਦਾਂ ਦੀ ਸਟੋਰੀ ਸੀ ਉਹ ਪਤਾ ਨਹੀਂ ਫਿਲਮ ਦਾ ਅਸਰ ਹੀ ਲੱਗ ਗਿਆ ਮੇਰੇ ਸਾਹਮਣੇ ਨਾ ਉਹਨੇ ਦਿਲ ਤੇ ਲਾ ਲਈ ਗੱਲ ਫਿਲਮ ਹੀ ਕੋਈ ਖਤਰਨਾਕ ਸੀ ਕੋਈ ਲੜਾਈ ਵਾਲੀ ਸੀ ਉਹ USP ਵੀ ਲੈ ਗਈ ਆ ਤੇ ਅੱਧਾ ਤੋਲਾ ਫੀਮ ਵੀ ਲੈ ਗਈ ਉਹ ਫੀਮ ਜਿਹੜੀ ਆ ਗਈ ਵਿੱਚ ਪਾ ਲਈ ਕਾਂਡੇ ਇੱਥੇ ਕੰਨਾਂ ਦੇ ਬੰਨ ਵਾਲੇ ਲੈ ਗਈ ਸੋਨੇ ਦੇ USP ਵੀ ਤੇ ਕਾਂਟੇ ਵੀ ਹਾਂ ਅੱਛਾ ਰਾਜਾ USP ਕਿਉਂ ਲਗਾਈ ਉਹਦੇ ਵਿੱਚ ਗਾਣੇ ਸੀ ਉਹਨੇ ਲਾ ਕੇ ਅੱਗੋਂ ਦਰ ਦੌੜਨਾ ਬੱਲੇ ਮੁਨਸਬਾ ਬੱਲੇ ਮਜ਼ਾ ਆ ਵੀ ਤੇਰਾ ਨਹੀਂ ਪਾਗਲ ਆ ਜਿਹੜੇ ਤੈਨੂੰ ਸਭ ਨਹੀਂ ਤੈਨੂੰ ਕੀ ਪਤਾ ਦਿਲ ਦੀਆਂ ਗੱਲਾਂ ਦੱਸ ਦਿੱਤੀਆਂ ਤੈਨੂੰ ਸਾਰੀਆਂ ਉਹ ਕਿਤੇ ਗਾਣੇ ਤੇ ਲੱਗੀ ਸੀ ਓਹੋ ਹਾਂ ਗਾਣਾ ਵੀ ਸੁਣਦੀ ਸੀ ਸਾਨੂੰ ਵੀ ਲੈ ਚੱਲ ਨਾਲ ਵੇ ਬਾਬੂ ਸੋਹਣੀ ਗੱਡੀ ਆ ਲਿਆ ਸਾਡੀ ਗਲੀ ਤਾਂ ਗੱਡੀ ਵੜਦੀ ਕੋਈ ਨਹੀਂ ਤੇ ਪਤਾ ਨਹੀਂ ਫਿਰ ਕਿੱਥੇ ਗਾਣਾ ਲੱਗਾ ਰਾਜਾ ਇਹਦੀਆਂ ਕੀਤੀਆਂ ਦੇ ਅੱਗੇ ਆਉਂਦੀਆਂ ਮੰਨ ਮੇਰੀ ਗੱਲ ਬਸ ਮੈਂ ਤਾਂ ਇਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਕੰਮ ਸੁਕੰਮ ਨਹੀਂ ਤੇ ਤੂੰ ਇੰਨਾ ਤਾਂ ਖਿਆਲ ਕਰਦਾ ਉਹ ਪੁੱਛਦਾ ਵੀ ਉਹ ਕੌਣ ਆ ਖਾਨਦਾਨ ਕੀ ਆ ਹਾਂ ਠੀਕ ਹੈ ਉਹ ਤੋਂ ਕਹਿੰਦਾ ਉਹਨੂੰ ਮੈਂ ਹੱਥ ਵੀ ਨਹੀਂ ਲਾਇਆ ਉਹਨੇ ਕਿਹਾ ਵੀ ਜਦੋਂ ਇਹਨੇ ਮੈਨੂੰ ਹੱਥ ਨਹੀਂ ਲਾਇਆ ਮਾਰਿਆ ਕੁੱਟਿਆ ਵੀ ਨਹੀਂ ਉਹ ਫਿਰ ਤਰਜ ਲੱਗੇ ਵੀ ਉਹਨੇ ਮਾਰ ਕੁੱਟ ਅੱਗੋਂ ਖਾਣੇ ਉਹ ਬੜੀ ਜੇਬ ਕਤਰੀ ਸੀ ਤੇ ਮੈਂ ਉਹਨੂੰ ਉਹਦਾ ਕੁੱਟਣਾ ਸ਼ੁਰੂ ਕਰ ਦਿੰਦਾ ਇਹਦਾ ਮਤਲਬ ਰਾਜਾ ਫਿਰ ਮਾਰ ਕੁੱਟ ਦੀ ਗਿਜੀ ਸੀ ਮਾਰ ਕੁੱਟ ਦੀ ਗਿਜੀ ਸੀ ਜਦੋਂ ਪਹਿਲੇ ਦਿਨ ਲੈ ਕੇ ਆਇਆ ਇਹਦਾ ਹੱਕ ਬੰਦਾ ਉਹਨੂੰ ਸਮਝਾਉਣ ਦਾ ਕਿ ਭਲੀਏ ਆਹ ਮੇਰੇ ਬੱਚੇ ਆ ਮੇਰੀ ਤੂੰ ਇੱਜ਼ਤ ਕਰਨੀ ਮੈਂ ਤੇਰੀ ਕਰਨੀ ਆ ਨਹੀਂ ਇਹਦਾ ਕੰਮ ਜਿਹੜਾ ਕੰਮ ਸ਼ਰੀਅਤ ਦੇ ਮੁਤਾਬਕ ਮੀਆਂ ਬੀਵੀ ਆਪਸ 'ਚ ਇਤਫਾਕ ਕਰਦਾ ਆ ਇੱਕ ਦੂਸਰੇ ਦੇ ਜ਼ਿਹਨ ਦਾ ਪਤਾ ਲੱਗਦਾ ਆ ਫਿਰ ਜ਼ਿੰਦਗੀ ਹੁੰਦੀ ਕਿ ਆਹ ਮੇਰਾ ਮਾਂ ਆ ਮੇਰਾ ਬਾਪ ਆ ਇਹਦੀ ਖਿਦਮਤ ਕਰਨੀ ਆ ਮੇਰੇ ਬੱਚੇ ਇਹਨਾਂ ਦਾ ਖਿਆਲ ਕਰਨਾ ਤੇ ਜਦੋਂ ਉਹਨਾਂ ਨੇ ਕਰਨਾ ਹੀ ਨਹੀਂ ਮਲੰਗੀ ਖਿਆਲ ਇਹਨੇ ਉਹਦਾ ਨਹੀਂ ਕੀਤਾ ਉਹਨੇ ਇਹਦੇ ਬੱਚਿਆਂ ਦਾ ਨਹੀਂ ਕੀਤਾ ਓਏ ਹੋਏ ਹੋਏ ਯਾਰ ਨਾ ਕਰਦੀ ਖਿਆਲ ਅੱਧੇ ਤੋਲੇ ਦੀਆਂ ਵਾਲੀਆਂ ਲੈ ਗਈ ਅੱਧਾ ਤੋਲਾ ਇੱਥੋਂ ਲੈ ਗਈ ਹਾਂ ਅੱਧਾ ਤੋਲਾ ਅੱਗੇ ਨੂੰ ਅੱਗਿਓਂ ਲੈ ਜਾਣਾ ਯਾਰ ਤੈਨੂੰ ਛੱਡ ਗਈ ਆ ਨਾ ਉਹਨੇ ਹੁਣ ਆਪਣਾ ਘਰ ਨਹੀਂ ਵਸਾਉਣਾ ਮੈਨੂੰ ਬੜਾ ਤੇਰਾ ਹੀ ਇੰਤਜ਼ਾਰ ਕਰੀ ਜਾਣਾ ਤੇਰਾ ਹੀ ਕਰੀ ਜਾਣਾ ਇਹ ਵੀ ਮੈਂ ਘਰ ਹੀ ਵਸਾਉਣ ਡਿਆ ਸੀ ਮੈਂ ਘਰ ਵਸਾਉਣ ਡਿਆ ਆ ਤੂੰ ਤੂੰ ਘਰ ਵਾੜੇ ਦੇ ਰਿਹਾ ਹੈਗਾ ਉਹਨੂੰ ਤੂੰ ਹੱਥ ਨਹੀਂ ਲਾਉਣ ਡਿਆ ਉਹਨੂੰ ਤੂੰ ਮਾਰਦਾ ਕੁੱਟਦਾ ਨੀ ਨਾ ਮੇਰਾ 1700 ਦੇਣ ਡਿਆ ਨਾ ਤੂੰ ਇਹਦਾ 1700 ਦੇਣ ਡਿਆ ਉਹ ਤਾਂ ਮੇਰੀ ਚਾਹ ਪੀ ਗਿਆ ਬੜੀ ਗੱਲ ਆ ਬੜੀ ਮੁਨਸਬੋ ਮੈਂ ਸਦਕੇ ਜਾਵਾਂ ਤੁਹਾਡੇ ਮੁਨਸਬੋ ਵਰਦੀ ਉਹ ਪਾਈ ਹੈ ਵੀ ਜਿਹਨੇ ਦੇਖਦੇ ਅਗਲਾ ਕਹਿੰਦਾ ਕਰੋ ਕਰੋ ਵਾਜੇ ਵਾਲੇ ਤੁਸੀਂ ਕਰੋ ਤੁਸੀਂ ਖੇਡੋ ਖੇਡੋ ਜੋ ਖੇਡਣਾ ਇਹਨੂੰ ਰਾਜਾ ਕਹਾਂ ਜੀ ਤੂੰ 1700 ਨਹੀਂ ਦੇਣਾ ਕਮ ਸੇ ਕਮ
ਉਹ ਆਪਣੀ ਤੂੰ ਬੰਦਾ ਵਿਹਾਰ ਬਣਾਉਂਦਾ ਆਪਣਾ ਕੈਸੀ ਗੱਲ ਕਰੀ ਜਾਂਦਾ ਤੂੰ ਹੁਣ ਪੁੱਛੋ ਰਾਜਾ ਤਾਂ 1700 ਲੈ ਕੇ ਦੇ ਤੂੰ ਮਹੱਲੇ ਦਾ ਮੋਹਤਬਰ ਆਦਮੀ ਲੈ ਕੇ ਦੇਖੋ 1700 ਭਾਜੀ ਹੁਣ ਉਹ ਆਪਣਾ ਕੇਸ ਸਾਂਭੇ ਕੇ ਤੁਹਾਨੂੰ ਪੈਸੇ ਦੇਵੇ ਮੈਂ ਦੇਖੋ 1700 ਲੈਣਾ ਹੀ ਉਹ ਤਾਂ ਲੱਭਣ ਹੀ ਨਹੀਂ ਲਈ ਹੈਗੀ ਚਾਚਾ ਯਾਰ ਉਹਨੇ ਦੇਣਾ 1700 ਯਾਰ ਉਹ ਲੱਭਣ ਨਹੀਂ ਦੇਈ ਨਾ ਲੱਭਿਓ ਮੈਂ ਮਰ ਗਿਆ ਮੈਂ ਇੱਥੇ ਹੀ ਹਾਂ ਮੈਂ ਇੱਥੋਂ ਕਿਤੇ ਚੱਲ ਜਾਣਾ ਮੈਂ ਤੂੰ ਇੱਥੋਂ ਕਿਤੇ ਚੱਲ ਜਾਣਾ 1700 ਦੇਣਾ ਰੋ ਨਾ ਮਲੰਗੀ ਨੇ ਪੈਸੇ ਨਹੀਂ ਤੈਨੂੰ ਛੱਡਣੇ ਰੋ ਨਾ ਨਾ ਛੱਡੇ ਪੈਸੇ ਯਾਰ ਮਲੰਗੀ ਹੁਣ ਤਾਂ ਰੋਣ ਡਿਆ ਉਹ ਇੱਥੇ ਰਹਿਣ ਪਾਉਣ ਡਿਆ ਰੋਣ ਡਿਆ ਵਾ ਉਹ ਮਮਰੀ ਚੇਅਰ ਲਿਫਟ ਝੂਟਦੀ ਹੋਵੇ ਠੰਡੇ ਇਲਾਕੇ 'ਚ ਫਿਰਦੀ ਹੋਵੇ ਉਹ ਤੋਂ ਅੱਧਾ ਤੋਲਾ ਲੈ ਗਈ ਆ ਫੀਮ ਅਫੀਮ ਨਹੀਂ ਆ ਤੂੰ ਅਦਨ ਫੀਮ ਹੀ ਯਾਦ ਆਉਂਦੀ ਆ ਤੂੰ ਬਰਤ ਬਰਕਤ ਕੁਬਾੜੀ ਦੀ ਗੱਲ ਕਰਨ ਆਇਆ ਸੀ ਅੱਧਾ ਤੋਲਾ ਜੇਵਰ ਲੈ ਗਈ ਆ ਜੇਵਰ ਲੈ ਗਈ ਆ ਅੱਛਾ ਅੱਧਾ ਤੋਲਾ ਨਾਲ ਤੇ ਨਾਲ ਲੈ ਗਈ ਆ ਉਹ USP ਉਹ ਵੀ ਨਾਲ ਹੀ ਲੈ ਗਈ ਉਹ ਵੀ ਨਾਲ ਲੈ ਗਈ ਉਹ ਨਾਲ ਹੀ ਆਂਦੀ ਚਲੋ ਸਾਡਾ ਦਿਲ ਤਾਂ ਲੱਗਾ ਰਹਿੰਦਾ ਫਿਲਮ ਹੋਰ ਪੜਾ ਲੈਂਦਾ ਬੰਦਾ ਵਿੱਚ ਆਵੇ ਇਹ ਆ ਵੀ USB ਇਹ ਛੱਡ ਜਾਂਦੀ ਚਲੋ ਇਹ ਮਜ਼ੀਦ ਨੀਂਦ ਪੂਰੀ ਕਰ ਲੈਂਦਾ ਤੇ ਲਾ ਕੇ ਸੌ ਜਾਂਦਾ ਸੀ ਹਾਂ ਸੌ ਜਾਂਦਾ ਬਸ ਫੇ ਉਹ ਵੀ ਕਿਤੇ ਲੱਗ ਗਈ ਆ ਉਹ ਯਾਰ ਨੀਂਦ ਹੀ ਉਦੋਂ ਆਉਂਦੀ ਆ USB ਜਦੋਂ ਲਾਈ ਹੋਵੇ ਬੰਦੇ ਨੂੰ ਸੌਣਾ ਨਹੀਂ ਚਾਹੀਦਾ ਚਾਚਾ ਮੈਨੂੰ ਕਿੰਨਾ ਮਿਲਾਣ ਨੂੰ ਲਿਆ ਮੌਤ ਦੇ ਫਰਿਸ਼ਤੇ ਨਾਲ ਉਹ ਤੈਨੂੰ ਪਤਾ ਨਹੀਂ ਮੈਂ ਕਿੰਨਾ ਮਿਲਾਉਣਾ ਸੀ ਤੈਨੂੰ ਉਹ ਤਾਂ ਦੌੜ ਗਈ ਹੁਣ ਕਿੰਨਾ ਮਿਲਾਉਣਾ ਹਾਂ ਦੌੜ ਗਈ ਉਹ ਤਾਂ ਕਿਉਂ ਦੌੜ ਗਈ ਯਾਰ ਕੀ ਗਈ ਜਾਂਦੇ ਤੁਸੀਂ ਯਾਰ ਛੱਡ ਦੇ ਯਾਰ ਮੁੰਡਾ ਤੁਹਾਨੂੰ ਕਹਿਣ ਫਨਕਾਰ ਬੱਚਾ ਵਾ ਇਹਦੀਆਂ ਸੁਣੋ ਵਾਜਾਂ ਵੂਜਾਂ ਬਹੁਤ ਕੱਢਦਾ ਸੰਦੇ ਇਹ ਮੁੰਡਾ ਹਾਂ ਰਾਜਾ ਉੱਤੇ ਰੱਖੀ ਇਹ ਵਾਜਾਂ ਕੱਢਦਾ ਤੂੰ ਵੀ 1700 ਕੱਢ ਸਾਨੂੰ ਵਾਜਾਂ ਦੇ ਆ ਰਹੇ ਨਾ ਲਾ ਵਾਜਾਂ ਕੱਢਦਾ ਰਾਜਾ ਇੱਥੇ ਕਪਾਤੋ ਹੋਣਾ ਤੇਰੀ ਦੁਕਾਨ ਤੇ ਮੈਂ ਤੇਰਾ ਉਸ ਤਰ੍ਹਾਂ ਚਲਾ ਦੇਣਾ ਆਲੇ ਦੇ ਆਲੇ ਤੇ ਇਹ ਮੁੰਡੇ ਦਾ ਤੇਰਾ ਪਤਾ ਲਈਏ ਕੌਣ ਹੈ ਤੇ ਤੂੰ ਕਰ ਕੀ ਲੈਂਦਾ ਹੈ ਮੇਰਾ ਸ਼ੌਕ ਆ ਕਿ ਮੈਂ ਡਰਾਮਿਆਂ 'ਚ ਕੰਮ ਕਰਾਂ ਅੱਛਾ ਤੇ ਜਿੱਦਾਂ ਦੇ ਇੰਡੀਆ ਦੇ ਪਾਕਿਸਤਾਨੀ ਫਨਕਾਰ ਬੋਲਦੇ ਉਹਨਾਂ ਦੀ ਮੈਂ ਆਵਾਜ਼ ਦੀ ਕਾਪੀ ਵੀ ਕਰ ਲੈਂਦਾ ਯਾਨੀ ਉਹ ਜਿੱਦਾਂ ਬੋਲਦੇ ਉਹ ਜੀ ਤੂੰ ਬੋਲ ਲੈਂਦਾ ਹਾਂ ਕਿਹੜੇ ਫਨਕਾਰ ਦੀ ਕਾਪੀ ਕਰੇਗਾ ਸੁਨੀਲ ਸੇਠੀ ਇੰਡੀਆ ਦਾ ਸੁਨੀਲ ਸੇਠੀ ਹਾਂਜੀ ਅੱਛਾ ਸੁਨੀਲ ਸੇਠੀ ਬੜੀ ਗੱਲ ਆ ਯਾਰ ਹਾਂ ਹੋਰ ਵੀ ਆ ਕਰਕੇ ਬੜਾ ਫੀਨਾ ਗਿਆ ਉਹ ਸਲੀਮ ਸੇਠੀ ਉਹ ਸਲੀਮ ਨਹੀਂ ਉਹ ਸਲੀਮ ਸੇਠੀ ਸੁਨੀਲ ਸੇਠੀ ਹਾਂ ਜਿਹੜੇ ਇਹਨਾ ਮੂੰਹ ਤੇ ਘੱਟ ਧਿਆਨ ਪੈਂਦਾ ਬੁੱਲਾ ਤੇ ਫਿਰ ਜ਼ਿਆਦਾ ਪੈਂਦਾ ਆ ਕਰਕੇ ਅੱਛਾ ਅੱਛਾ ਚੱਲ ਸੁਨੀਲ ਸੇਠੀ ਐ ਅੰਜਲੀ ਅਰੇ ਸਾਥ ਜੀ ਨੇ ਮਰਨੇ ਕੇ ਵਾਅਦੇ ਕੀਏ ਤੇ ਤੂੰ ਨੇ ਇਸ ਤਰ੍ਹਾਂ ਮੈਨੂੰ ਛੋੜ ਕੇ ਨਹੀਂ ਜਾ ਸਕਦੀ ਤੂੰ ਮੈਨੂੰ ਨਾ ਮਿਲੇ ਤਾਂ ਮਰ ਜਾਊਂਗਾ ਐ ਅੰਜਲੀ ਤੂੰ ਮੇਰੀ ਵੀ ਹੈ ਐ ਰੁਕਨਾ ਐ ਅੱਛੀ ਗੱਲ ਵਾ 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 ਇਸ ਸੁਨੀਲ ਸੇਠੀ ਨੇ ਸੁਤਾ ਉੱਠਿਆ ਆਉਂਦਾ ਤੂੰ ਰਾਤ ਲਾਈ ਨਾ ਸੁਨੀਲ ਸੇਠੀ ਨੇ ਅਗਲੀ ਜੀ ਅਗਲੀ ਕਿਹੜੀ ਹੈ ਨਾਨਾ ਪਾਟੀਗਰ ਚਲੋ ਗੁੱਡੀ ਆ ਆ ਸੁਨੀਲ ਸੇਠੀ ਵੀ ਸਹੀ ਬਣਿਆ ਮੈਂ ਕਹਿੰਦਾ ਲੱਗੀ ਆਵਾਜ਼ ਪੂਰੀ ਪੂਰੀ ਨਾਨਾ ਪਾਟੀ ਕਰਦੀ ਆਉਂਦੀ ਹਾਂ ਆਪਣੇ ਨਾਨੇ ਦੀ ਵੀ ਆਉਂਦੀ ਕਿ ਨਹੀਂ कैसे बताओ मैं तुम्हें मेरे लिए तुम कौन हो यू तरसी निगाहों को मेरी यू प्यासी आंखों को मेरी इतने दिनों के बाद जो देखा तुम्हें तो यूं लगा रेगिस्तान की जलती सुलगती रेत पे एक दिन अचानक इस तरह बारिश हो के उस रेत को ठंडक मिले अंधेरी रात की सब काली दीवारें गिरे और रोशनी का एक दरिया हर तरफ से बहने लगे वो जो जी चुका था एक जिंदगी वो फिर जिंदगी पा जाए वो जो मर चुका था जी उठे वो फिर कहे वो फिर कहे कैसे बताओ मैं तुम्हें मेरे लिए तुम कौन हो कैसे बताओ मैं तुम्हें तुम ना मिली तो मर जाऊंगा मैं वाह 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 क्या बात है यार तेरी गुड बा यार ये तो पक्का पक्का काम कर रहा है कलाकार बंदा कलाकार बंदा पार्टीकार पूरा बनया तू हां जी अगली अगली केड़ी आवाज आंदी है अगली शफकत जी अच्छा शफकत जी मेरी भी आंदी है हां जी हां देला ओदी आ गई है एदी नहीं अजे तक वापस मेरी नहीं आई अच्छा जान दे यार राजा चढ़ दे यार चंगी बल्ली गल दिन तू निकलदी तू फिर बच बाड़दा वा ਚੱਲ ਗਿਆ ਸੁਣਾ ਲੈ ਰਾਜੇ ਦੀ ਵਾਪਸ ਆ ਗਈ ਅੱਜ ਸ਼ਬਦ ਜੀ ਮੈਂ ਕਿੱਦਾਂ ਬੋਲਦਾ ਪਹਿਲੇ ਜਿੱਦਾਂ ਘੋੜੇ ਤੇ ਆਂਦਾ ਤੇ ਫੇਰ ਬੋਲਦਾ ਤੁਕ 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 ਓਏ ਸ਼ੇਰ ਜੱਟ ਨੂੰ ਵੇਖ ਕੇ ਗਜ ਗਜ ਦੇ ਲੰਮੇ ਘੁੰਡ ਕਿਉਂ ਕੱਢ ਲੈ ਜੇ ਓਏ ਜਿਵੇਂ ਸ਼ੇਰਾ ਜੱਟ ਇਸ ਘਰ ਦਾ ਜਵਾਈ ਨਹੀਂ ਹੁੰਦਾ ਉਹ ਦੁਸ਼ਮਣ ਹੈ ਦੁਸ਼ਮਣ ਮਾਂ ਵੱਡੀਏ ਜੇ ਇਸੇ ਤਰ੍ਹਾਂ ਮੇਰੇ ਹੋਣ ਵਾਲੇ ਸਾਲੇ ਇੱਕ ਇੱਕ ਕਰਕੇ ਮਰਦੇ ਰਹੇ ਤੇ ਕੱਲ ਨੂੰ ਹੋਣ ਵਾਲੇ ਬਾਲ ਮੇਰੇ ਮਾਮਾ ਮਾਮਾ ਕਿਹਨੂੰ ਕਹਿਣਗੇ ਉਹ ਮਾਂ ਵੱਡੀਏ ਆਪਣੀ ਧੀ ਨੂੰ ਜਹੇਜ਼ ਦੇ ਵਿੱਚ ਕੁਝ ਨਾ ਕੁਝ ਤੇ ਦੇਣਾ ਹੀ ਨਾ ਮੇਰੀ ਇੱਕ ਗੱਲ ਮੰਨ ਲੈ ਇਹ ਵੈਰ ਦਾ ਭਾਰ ਮੇਰੇ ਮੋਢਿਆਂ ਤੇ ਰੱਖ ਦੇ ਨਹੀਂ ਤੇ ਤੈਨੂੰ ਮਾਂ ਕਹਿਣ ਵਾਲਾ ਕੋਈ ਨਹੀਂ ਬਚਣਾ ਬੜੀ ਗੱਲ ਆ ਬਣ ਗਿਆ ਮਾਸਟਰ ਬੰਦੇ ਦਾ ਪੁੱਤ ਨਹੀਂ ਬਣਿਆ
ਬੰਨਾ ਵੀ ਨਹੀਂ ਰਾਜਾ ਜਿੰਨਾ ਚਿਕਰ ਮੇਰਾ 1700 ਨਹੀਂ ਦਿੰਦਾ। ਤੇਰਾ 1700 ਕਾਹਦਾ ਦੇਣਾ, ਮੈਂ ਕਾਹਦਾ ਦੇਣਾ ਤੇਰਾ 1700। ਮੈਂ ਚਾਵਾਂ ਪੀਤੀਆਂ ਡੱਫੀਆਂ ਵਾ ਚਾਹ ਮੰਗਾਉਣੀ ਆ, ਉਹ ਮਲੰਗੀ ਨੂੰ ਕਿੱਦਾਂ ਕਹੇਗਾ ਚਾਹ? ਦੇਖੋ ਮਲੰਗੀ ਬਾਈ, ਆਪਨੇ ਚਾਰ ਚਾਹ ਲੈ ਕੇ ਆਣੀ ਹੈ ਤੇ ਪੈਸੇ ਪੈਸੇ ਇਨਸਲ ਲੈਣੇ ਆਪਨੇ। ਇਹ ਤਾਂ ਪਹਿਲੇ 1700 ਦਾ ਕਰਜਾਈ ਆ ਮੇਰਾ, 1800 ਹੋ ਜਾਏਗਾ, ਘਬਰਾਣਾ ਨਹੀਂ ਆਪਨੇ। ਆ ਜੇ ਉਹ ਵਾਪਸ ਹੋ ਗਈ ਹੈ ਨਾ ਤੇ ਫਿਰ ਲੈ ਜਾਣਗੇ ਤੇਰੇ ਪੈਸੇ, ਕਿਉਂਕਿ ਉਹਦਾ ਉਹਦਾ ਖਾਨਦਾਨ ਠੀਕ ਹੈ। ਰਾਜਾ ਰਾਜਾ ਉਹ ਧਾਰੇ ਪੜ ਕੇ ਆਪਣੇ ਮਾਂ ਪਿਓ ਤੋਂ ਦੇ ਦੇਗੀ। ਜੋੜਦੀ ਸੀ ਬਹੁਤ ਪੈਸੇ, ਜੋੜਦੀ ਸੀ ਪੈਸੇ ਤਾਂ ਕੋਈ ਹੈ ਸੀ, ਉਹਨੇ ਮੂੰਹ ਤੇ ਮਾਰਨਾ ਸੀ 1700 ਦੇ ਪੈਸੇ ਹੈ ਜੀ ਉਹਦੇ। ਹਾਂ ਐਵੇਂ ਨਹੀਂ ਗਈ ਹੈਗੀ, ਉਹਨੂੰ ਪਤਾ ਵੀ ਵਿੱਚ ਹੁਣ ਪੈਸੇ ਨਾ ਅੱਗੋਂ ਵਧਣੇ ਨਹੀਂ ਹੈ, ਅੱਗੇ ਵੱਧ ਪਏ। ਹਾਂ ਇਹ ਤਾਂ ਕੰਮ ਕਰਦਾ ਵੀ ਵਿਹਲਾ ਖਾਈ ਜਾਂਦਾ ਸੀ ਇਸ ਕਰਕੇ। ਅੱਛਾ ਇਮਰਾਨ ਖਾਨ ਕੀ ਕਹਿੰਦਾ? ਸਭ ਸਭ ਪਹਿਲੇ ਆਪਣੇ ਘਬਰਾਉਣਾ ਨਹੀਂ ਹੈ, ਮੇਰੀ ਜਬ ਹਕੂਮਤ ਆਏਗੀ ਤੋ ਕਿਲਾ ਕਿਲਾ ਇਨਸਾਨ ਪਰੇਸ਼ਾਨ ਨਹੀਂ ਹੋਗਾ, ਕੋਈ ਬਿੱਲ ਜ਼ਿਆਦਾ ਨਹੀਂ ਆਏਗਾ, ਕੋਈ ਇਨਸਾਨ ਬੇਰੁਜ਼ਗਾਰ ਨਹੀਂ ਹੋਗਾ, ਸਭ ਕੋ ਨੌਕਰੀਆਂ ਮਿਲੇਗੀ, ਕਾਰੋਬਾਰ ਚਲੇਗਾ ਔਰ ਗੁਰਬਤ ਜਾਏਗੀ, ਖੁਸ਼ਹਾਲੀ ਆਏਗੀ। ਤੈਨੂੰ ਆ ਜਾਣਾ ਚਾਹੀਦਾ ਸੀ, ਮੈਂ ਉਹਨੂੰ ਕਿਤੇ ਸੌਦਾ ਲੈਣ ਲਈ ਭੇਜਿਆ ਵਾ, ਇੱਥੇ ਬੜਾ ਆਕੜਦਾ, ਉਹਨੂੰ ਰੋਕ ਨਾ ਸਕਿਆ। ਉਹਨੂੰ ਮੈਂ ਸੁੱਤਾ ਪਿਆ ਸੀ, ਸੁੱਤਾ ਤੈਨੂੰ ਨੀ ਪਤਾ ਹੈਗਾ, ਤੇਰੀ ਬੁੱਢੀ ਨੇ ਜਾਣ ਵਾਲੀ ਹੋਈ ਹੈ, ਚਲੇ ਜਾਣਾ ਕਿਸੇ ਪਾਸੇ, ਬੜੀ ਜਾਣ ਵਾਲੀ ਹੋਈ ਆ। ਅਸੀਂ ਤੈਨੂੰ ਕਿਹਾ USP ਭਰਾ ਕੇ ਲਿਆ ਗਿਆ, ਉਹ ਘਰ ਤੇਰੇ ਜਵਾਨ ਬੁੱਢੀ ਆ, ਤੂੰ USP ਆ ਭਰਾ ਕੇ ਜਾਪ ਸੌਣ ਡਿਆ। ਬੱਲੇ ਤੇਰੇ ਮੈਂ ਬੜੀ ਤੱਤੀ ਚਾਹ ਪਾਉਣ ਡਿਆ ਬੁੱਢੀ ਦੇ ਉੱਤੇ। ਜੇ ਜਦੋਂ USP ਘਰਾਂ 'ਚ ਲਿਆਈਏ ਨਾ, ਉਦੋਂ ਸੌਂਦਾ ਨਹੀਂ ਹੁੰਦਾ। USP ਲੈਣ ਦੀਆਂ ਤੇ ਘਰ 'ਚ ਕੁੱਤਾ ਲੈਣ ਦਾ ਬਣਿਆ ਰਹੇ ਘਰ 'ਚ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ। ਔਰ ਪਾਗਲਾ, ਸਭ ਤੋਂ ਪਹਿਲਾਂ ਆਪਣੇ ਘਰਾਂ ਦਾ ਖਿਆਲ ਕਰੋ, ਤੈਨੂੰ ਪਤਾ ਹੀ ਨਹੀਂ ਇਹ ਦੌਰ ਕਿਹੜਾ ਜਾਣ ਡਿਆ ਹੈ। ਕਿਹੜਾ ਜਾਣ ਡਿਆ? ਤੂੰ ਕਹਿੰਦਾ ਮੈਂ ਆਪਣੀ ਬੁੱਢੀ ਨੂੰ ਹੱਥ ਨਹੀਂ ਲਾਇਆ। ਮਲੰਗੀ, ਮੈਂ ਸਵੇਰੇ ਬਾਹਰ ਨਿਕਲਿਆ, ਦੇਖਿਆ ਕਿ ਤੇ ਭਰਜਾਈ ਤੁਰੀ ਆਉਣ ਡਈ, ਅੱਖਾਂ 'ਚ ਉਹਦੇ ਅੰਸੂ। ਮੈਂ ਕਿਹਾ ਭਰਜਾਈਏ ਕੀ ਹੋਇਆ? ਕਹਿੰਦੀ ਕੀ ਦੱਸਾਂ ਭਾਅ ਜੀ, ਮੈਨੂੰ ਮਾਸਟਰ ਨੇ ਮਾਰਿਆ ਬਹੁਤ। ਲੈ ਲੈ ਦੇਖ, ਆਹ ਸਰੀਨ ਝੂਠ ਬੋਲ ਰਿਹਾ ਹੈ। ਜਦੋਂ ਮੈਂ ਵੇਖਿਆ ਤੇ ਮਲੰਗੀ ਉਹਦੇ ਅੱਖਾਂ ਦੇ ਨੀਲ ਪਏ ਆ, ਓਏ ਉਹਨੇ ਸ਼ਰਮਾ ਬਹੁਤਾ ਪਾਇਆ ਸੀਗਾ, ਨੀਲ ਪਏ ਇੱਥੇ, ਮੈਂ ਉਹਨੂੰ ਗੱਲ ਮਾਰਨਾ ਸੀ ਯਾਰ। ਸੁਰਮਾ ਇੰਜ ਪਾਉਂਦੀ ਆ, ਏਦਾਂ ਮੁੱਠ ਭਰ ਗਿਆ ਛਿੜਕਦੀ ਇੱਥੇ ਤੱਕ, ਐਵੇਂ ਗੱਲ ਮੁਕਾ ਦਿੰਦਾ ਤੂੰ, ਐਵੇਂ ਤੈਨੂੰ ਗੱਲ ਦਾ ਕੋਈ ਪਤਾ ਨਹੀਂ ਕਿਵੇਂ ਚੱਲੀਦਾ। ਮੈਨੂੰ ਉਹਨੇ ਕਿਹਾ, ਮੈਂ ਕਿਹਾ ਭੈਣੇ ਗੱਲ ਖੁੱਲ੍ਹ ਕੇ ਦੱਸ ਭਰਜਾਈਏ ਗੱਲ ਕੀ ਹੈ। ਕਹਿੰਦੀ ਭਾਅ ਜੀ ਰਾਤੀ ਗੋਸ਼ਤ ਲੈ ਕੇ ਆਇਆ ਅਤੇ ਮੈਂ ਨਾ ਉਹਦੇ ਵਿੱਚ ਪਾਣੀ ਨਹੀਂ ਪਾਇਆ, ਮੈਂ ਭੁਜੀਆ ਜਿਹਾ ਬਣਾ ਕੇ ਨਾ, ਅਤੇ ਮੈਂ ਕਿਹਾ ਚਲੋ ਘਰ ਆਉਣਗੇ, ਮੈਂ ਉਹਨਾਂ ਨੂੰ ਭੁਜੀਆ ਬਣਾ ਕੇ ਦੇ ਦਿਆਂ। ਕਿਹੜੀ ਗੱਲ ਤੋਂ ਮਾਰਿਆ ਕਿ ਵਿੱਚ ਆਲੂ ਕਿਉਂ ਨਹੀਂ ਪਾਏ? ਅਤੇ ਆਲੂ ਸੋਹਣੇ ਲੱਗਦੇ, ਆਲੂ ਛੋਰਾ ਕਿੱਡਾ ਸੋਹਣਾ ਬਣਦਾ, ਇਹਨੇ ਇਹਨੀ ਕਮੀਜ਼ ਹੈਗੀ ਉਹਨੂੰ। ਰਾਜਾ ਇਸ ਗੱਲ ਤੋਂ ਇਹਨੇ ਮਾਰਿਆ ਵੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਮੈਨੂੰ ਆ ਕੇ ਦੱਸ ਦੀ ਵੀ ਇਹ ਆਲੂ ਵਿੱਚ ਕਹਿੰਦਾ ਜ਼ਰੂਰੀ ਪਾਉਣੇ, ਮੈਂ ਘਸੁੰਨ ਮਾਰ ਮਾਰੇ ਦੇ ਮੂੰਹ 'ਤੇ ਆਲੂ ਪਾ ਦਿੰਦਾ। ਤੂੰ ਮੇਰੇ ਕਹਿ ਲਈ ਮਾਰਦਾ ਮੂੰਹ 'ਤੇ ਆਲੂ ਪਾਉਂਦਾ, ਐਡਾ ਤੂੰ ਆਲੂ ਪਾਉਣ ਵਾਲਾ ਬਾਜੀ ਵਾਲਿਆ, ਚੁੱਪ ਕਰ ਜਾ। ਉਹ ਚੁੱਪ ਕਰ, ਤੈਨੂੰ ਮੈਂ ਦੱਸਾਂ, ਫਿਰ ਮੈਂ ਦੱਸਦਾ ਰੁਪਈਆ 1700 ਦੇ ਲੱਖਾਂ ਦੀਆਂ ਗੱਲਾਂ ਕਰਦਾ। ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਯਾਰਾਂ ਦੀਆਂ ਜਿਹੜੀਆਂ ਇੱਜ਼ਤਾਂ ਹੁੰਦੀਆਂ ਨਾ, ਯਾਰਾਂ ਦੀਆਂ ਇੱਜ਼ਤਾਂ, ਸਾਡੀਆਂ ਇੱਜ਼ਤਾਂ ਹੁੰਦੀਆਂ। ਅਤੇ ਫਿਰ ਤੈਨੂੰ ਜਾਂਦੀ ਨੂੰ ਰੋਕਿਆ ਕੌਣ ਨਹੀਂ? ਉਹ ਨਿਊ ਖਾਨ ਸੀ, ਪੰਡਾਰ ਸੀ ਕਿ ਮੁਸਲਿਮ ਦੀ ਬੱਸ ਸੀ? ਨਿਊ ਖਾਨ ਤੇ ਨੱਸ ਕਿਉਂ ਗਈ ਆ? ਨੱਸ ਕਿਉਂ ਗਈ? ਖਬਰਦਾਰ, ਦੱਸਣ ਦਾ ਨਾਂ ਲਿਆ ਉਹਨੂੰ ਮੈਂ ਮਲੰਗੀ ਸਿਰ ਤੇ ਪਿਆਰ ਦੇ ਕੇ ਤੇ ਆਪਣੇ ਘਰ ਲੈ ਕੇ ਆਇਆ। ਉਹ ਤੇਰੇ ਘਰ ਆ? ਮੇਰੇ ਘਰ ਆ। ਹੁਣ 1700 ਤੂੰ ਦੇਗਾ ਬਚਾਵਾਂਗਾ? ਲੈ, ਮੈਂ ਤਾਂ ਉਹਨੂੰ ਪੀਜ਼ਾ ਖਵਾਇਆ, ਮੈਂ 1000 ਇੱਕ ਹੋਰ ਲੈਣਾ ਹੈ। ਤੇ ਕਰਜ਼ਾ ਕਿੱਦਾਂ ਲੱਥੇਗਾ ਰਾਜਾ? ਜਦੋਂ ਇਹਦੇ ਨਾਲ ਘਰ ਜਾਏ ਅਸੀਂ ਇੱਦਾਂ ਕਰਜ਼ਾ ਲਾਉਂਦੇ ਹਾਂ? ਤੇ ਕਿੱਦਾਂ ਲਾਉਂਦੇ ਆ? ਤੂੰ ਕਿੱਦਾਂ ਕਹਿਣ ਦੇ? ਉਹ ਜਾ ਕੇ ਤੇਰੇ ਸਿਫਾਰਿਸ਼ ਕਰੇਗੀ ਭਾਜੀ ਦੇ ਪੈਸੇ? ਇਹਦੀ ਸਿਫਾਰਿਸ਼ ਕਿਤੇ ਚੜੀ ਉਹਦੀ? ਗੱਲਾਂ ਕਰਨ ਡਿਆ ਇੱਥੇ, ਤੇਰੀਆਂ ਬੜੀਆਂ ਗੈਰਤਾਂ ਜਾਗਦਾ। ਕਿਹੜੀਆਂ ਗੈਰਤਾਂ? ਇਹਦੀ ਗੈਰਤ ਹੋਵੇ ਤੇ ਬੁੱਢੀ ਦੇ ਹੱਥ ਨਹੀਂ ਚੁੱਕੀਦਾ ਹੁੰਦਾ। ਕਿਉਂ ਨਹੀਂ ਚੁੱਕੀਦਾ? ਬੁੱਢੀ ਕੀ ਆ? ਬੁੱਢੀ ਕੀ ਆ? ਇੱਥੇ ਛੱਡ ਜਾ ਸਾਡੇ ਕੋਲ। ਤੇਰੇ ਕੋਲ ਛੱਡ ਕੇ ਜਾਣਾ ਤੂੰ, ਐਡਾ ਤੂੰ ਚੌਧਰੀ ਬਣਿਆ, ਤੇਰੇ ਕੋਲ ਛੱਡ ਕੇ ਜਾਵਾਂ ਮੈਂ? ਉਹ ਬਾਜੀ ਵਾਲੇ ਹੱਥ, ਓਏ ਬਾਜੀ ਵਾਲੇ ਲਗਾਈਏ, ਤੈਨੂੰ ਮੈਂ ਦੱਸਦਾ 1700 ਰੁਪਏ ਵਿੱਚ ਤੂੰ ਇੰਨੀਆਂ ਗੱਲਾਂ ਕਰਦਾ, ਮੇਰੀ ਗੱਲ ਸੁਣੋ ਰਾਜਾ, ਸਾਰੀ ਜ਼ਿੰਦਗੀ ਮੈਂ ਤੁਹਾਡੀ ਦੁਕਾਨ 'ਚ ਵੜ ਗਿਆ, ਮੇਰੇ ਮੂੰਹ 'ਤੇ ਥੁੱਕ ਦੇਈਂ। ਜਾ ਜਾ ਕੰਮ ਕਰ, ਜਾ ਤੂੰ ਕੰਮ ਕਰ, ਛੱਡ ਦਫਾ ਮਾਰ।
ਉਹ ਮੈਨੂੰ ਥੁੱਕ ਲੈਣ ਦੇ ਮੈਂ ਸਵੇਰੇ ਪਿੰਡ ਜਾਣਾ ਵਾ ਉਹ ਕਿਹੜੀ ਗੱਲ ਮਲੰਗੀ ਕਰੀ ਜਾਣ ਡਿਆ ਉਹ ਰਾਜਾ ਕਹਿੰਦਾ ਮੇਰੇ ਮੂੰਹ ਤੇ ਥੁੱਕ ਲਾ